ਹਾਂਜੀ ਸੋਨਿਓ ਤੇ ਅੱਜ ਅਸੀਂ ਤੁਹਾਡੇ ਲਈ ਬੜਾ ਵੱਡਾ ਜਾਣਕਾਰੀ ਵਾਲਾ ਵਾਕਿਆ ਲੈ ਕੇ ਆਏ ਆ ਮੈਡਮ ਨੂਰ ਜਹਾਨ ਦਾ ਕਿ ਸ਼ੌਕਤ ਹੁਸੈਨ ਰਿਜਵੀ ਨੇ ਜਦੋਂ ਇਹਨੂੰ ਘਰ ਤੋਂ ਕੱਢ ਦਿੱਤਾ ਤੇ ਕਿਉਂ ਕੱਢਿਆ ਤੇ ਇਹਨਾਂ ਇਹਦਾ ਸਟੂਡੀਓ ਆਉਣਾ ਜਾਣਾ ਵੀ ਬੰਦ ਹੋ ਗਿਆ ਤੇ ਇਹ ਸਾਰਾ ਵਾਕਿਆ ਕੀ ਹੋਇਆ ਤੇ ਜੇ ਤੁਸੀਂ ਇਹ ਵਾਕਿਆ ਸਾਰਾ ਸੁੰਣਾ ਚਾਹਦੇ ਜੇ ਤੇ ਇਸ ਵੀਡੀਓ ਨੂੰ ਐਂਡ ਤੱਕ ਆ ਜ਼ਰੂਰ ਵੇਖੋ ਤੇ ਜੇ ਸੋਨਿਓ ਤੁਸੀਂ ਇਸ ਚੈਨਲ ਤੇ ਨਵੇਂ ਆਏ ਜੇ ਤੇ ਮੁਹੱਬਤਾਂ ਨਾਲ ਇਹਨੂੰ ਸਬਸਕ੍ਰਾਈਬ ਵੀ ਕਰ ਦਿਓ ਇਹ ਸੋਣਿਓ ਮੈਡਮ ਨੂਰ ਜਹਾਨ ਤੇ ਸ਼ੌਕਤ ਹੁਸੈਨ ਰਿਜਵੀ ਦਾ ਵਾਕਿਆ ਸਾਰਾ 1947 ਤੋਂ ਬਾਅਦ ਹੀ ਹੋਇਆ ਤੇ ਕੀ ਵਾਕਿਆ ਹੋਇਆ ਕਿ 1948 ਚੱਲ ਰਿਹਾ ਸੀ ਪਾਕਿਸਤਾਨ ਦੇ ਮਸ਼ਹੂਰ ਕ੍ਰਿਕਟਰ ਕ੍ਰਿਕਟ ਬੱਲੇਮੈਨ ਨਜ਼ੀਰ ਮੁਹੰਮਦ ਇਹ ਉਸ ਟਾਈਮ ਟੈਸਟ ਕ੍ਰਿਕਟ ਦੇ ਖਿਡਾਰੀ ਸਨ ਇਨਾ ਬੜੀ ਅੱਛੀ ਇੰਡੀਆ ਜੇ ਪਰਫਾਰਮੈਂਸ ਦਿੱਤੀ ਕਿ ਜਿਹੜੇ ਓਪਨਰ ਹੀ ਆਏ ਸਨ ਤੇ ਨਾਟ ਆਊਟ ਗਏ। ਇਹਦੇ ਸੋਨਿਓ ਹਰ ਪਾਸੇ ਇਹਦੇ ਚਰਚੇ ਸਨ ਕਿਉਂਕਿ ਉਸ ਟਾਈਮ ਬੜਾ ਮਸ਼ਹੂਰ ਇਹ ਕ੍ਰਿਕਟ ਹੋਇਆ ਤੇ ਨੂਰ ਜਾਨ ਤੇ ਸੋਨਿਓ ਇਹਨਾਂ ਦੋਹ ਦੀਆਂ ਮੁਲਾਕਾਤਾਂ ਸ਼ੁਰੂ ਹੋ ਗਈਆਂ। ਚੰਦ ਮਹੀਨੇ ਮੁਲਾਕਾਤਾਂ ਚੱਲੀਆਂ ਤੇ ਗੱਲ ਫੈਲ ਗਈ ਤੇ ਚਲਦੀ-ਚਲਦੀ ਇਹ ਇਸੇ ਤਰ੍ਹਾਂ ਹੀ ਸ਼ੌਕਤ ਹੁਸੈਨ ਰਿਜ਼ਵੀ ਕੋਲ ਵੀ ਪਹੁੰਚ ਗਈ ਕਿ ਮੈਡਮ ਨੂਰ ਜਹਾਨ ਇਸ ਟਾਈਮ ਇਥੇ ਆ ਉਹਨਾਂ ਜਦੋਂ ਇਹਦੇ ਘਰ ਛਾਪਾ ਮਾਰਿਆ ਤੇ ਦੋਵੇਂ ਮੌਜੂਦ ਸਨ ਲੇਕਿਨ ਨਜ਼ੀਰ ਮੁਹੰਮਦ ਨੇ ਕੀ ਕੀਤਾ ਕਿ ਆਪਦੀ ਕੰਦ ਟੱਪ ਕੇ ਦੂਸਰੇ ਪਾਸੇ ਛਾਲ ਮਾਰ ਦਿੱਤੀ ਤੇ ਆਂਦੀ ਬਾਹ ਟੁੱਟ ਗਈ ਕਿ ਜਿਹੜਾ ਜਦੋਂ ਦੂਸਰੇ ਦਿਨ ਦੀ ਖ਼ਬਰ ਦੇ ਵਿੱਚ ਆਇਆ ਕਿ ਨਜ਼ੀਰ ਮੁਹੰਮਦ ਦੀ ਬਾਹ ਟੁੱਟ ਗਈ ਹੈ ਤੇ ਕ੍ਰਿਕਟ ਨਹੀਂ ਖੇੜ ਸਕਦਾ ਤੇ ਇਹ ਸਾਬਤ ਹੋ ਗਿਆ ਕਿ ਵਾਕਿਆ ਹੀ ਦੋਵੇਂ ਅੰਦਰ ਮੌਜੂਦ ਸਨ ਉੱਥੇ ਫਿਰ ਸ਼ੌਕਤ ਹੁਸੈਨ ਰਿਜ਼ਵੀ ਨੇ ਇਹਦੇ ਨਾਲ علیحدਗੀ ਕਰ ਲਈ ਤੇ ਨੂੰ ਕਿਹਾ ਕਿ ਤੂੰ ਜਾ ਉਸ ਟਾਈਮ ਦੇ ਲਾਹੌਰ ਦੇ ਸਭ ਤੋਂ ਵੱਡੇ ਸਟੂਡੀਓ ਸ਼ਾਹ ਨੂਰ ਸਟੂਡੀਓ ਆਉਣਾ ਜਾਣਾ ਇਹਦਾ ਬੰਦ ਹੋ ਗਿਆ کئی ਮਹੀਨੇ ਤਿਕਰਾ ਇਹ ਬਰੋਜ਼ਗਾਰ ਹੋ ਗਈ ਕਾਰੋਬਾਰ ਇਹਦਾ ਠੱਪ ਹੋ ਗਿਆ ਤੇ ਕਈ ਲੋਕਾਂ ਵੱਡਿਆਂ ਨੇ ਨੂੰ ਫਿਰ ਸਮਝਾਇਆ ਸ਼ੌਕਤ हुसैन ਰਿਜ਼ਵੀ ਨੂੰ ਕਿ ਉਹ ਨੂੰ ਆਉਣ ਦਿਓ ਤੇ ਚਲੋ ਗਾਣੇ ਦੀ ਰਿਕਾਰਡਿੰਗ ਕਰਨ ਦਿਓ ਸ਼ਾਹ ਨੂਰ ਸਟੂਡੀਓ ਦੇ ਵਿੱਚ ਫਿਰ ਜਾ ਕੇ ਇਹਦੀ ਐਂਟਰੀ ਖੁੱਲੇ ਤੇ ਜਦੋਂ ਇਹਨੇ ਰਿਕਾਰਡਿੰਗ ਲਈ ਆਉਣਾ ਤੇ ਉਦੋਂ ਸ਼ੌਕਤ हुसैन ਰਿਜਵੀ ਨੇ ਬਾਹਰ ਚਲੇ ਜਾਣਾ ਇਸੇ ਤਰ੍ਹਾਂ ਇਸ਼ਾ ਨੂਰ ਦੇ ਸਟੂਡੀਓ ਦੇ ਗਰਾਊਂਡ ਦੇ ਵਿੱਚ ਇਹ ਜਾ ਕੇ ਕਲੀਨ ਦੇ ਉੱਤੇ ਨੂਰ ਜਹਾਨ ਲੰਮੇ ਪੈ ਗਈ ਉੱਥੇ ਬੈਠੀ ਬੈਠੀ ਇਹਨੂੰ ਨੀਂਦਰ ਆ ਗਈ ਤੇ ਸੌਂ ਗਈ ਉੱਥੇ ਜਦੋਂ ਸ਼ੌਕਤ हुसैन ਰਿਜਵੀ ਆਏ ਤੇ ਉਹਨਾਂ ਜਾ ਕੇ ਇਹਨੂੰ ਠਾਇਆ ਤੇ ਕਿਹਾ ਕਿ ਨੂਰ ਜਹਾਨ ਤੂੰ ਇੱਥੇ ਕਿਉਂ ਲੰਮੇ ਪਈ ਉੱਥੇ ਫਿਰ ਨੂਰ ਜਹਾਨ ਨੇ ਇਹਦੇ ਕੋਲ ਸੌਰੀ ਕੀਤੀ ਤੇ ਮਾਫੀ ਮੰਗੀ ਤੇ ਇੱਕ ਦੂਜੇ ਨੂੰ ਇਹਨਾਂ ਗੱਲ ਨਾਲ ਲਾ ਲਿਆ ਤੇ ਇਹ ਜੇ ਸੋਨਿਓ ਅੱਜ ਦੀ ਸਾਡੀ ਸਟੋਰੀ ਨੋਰ ਜਹਾਨ ਦੀ ਕਿ ਕਿਸ ਤਰ੍ਹਾਂ ਇਹਨਾਂ ਦੋਹਾਂ ਦੇ ਵਿੱਚ ਖਲਰ ਪੈਦਾ ਹੋਇਆ ਤੇ ਜੇ ਤੁਸੀਂ ਮਜੀਦ ਇਹੋ ਜੀਆਂ ਸਟੋਰੀਆਂ ਸੁੰਨਣਾ ਚਾਹੁੰਦੇ ਜੇ ਤੇ ਇਸ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਕਮੈਂਟ ਦੇ ਵਿੱਚ ਆਪਦੀ ਰਾਏ ਦਾ ਜ਼ਹਾਰ ਜ਼ਰੂਰ ਕਰਿਆ ਕਰੋ ਤੇ ਨਾਲੇ ਸੋਨਿਓ ਸਾਨੂੰ ਦੱਸਿਆ ਕਰੋ ਕਿ ਤੁਸੀਂ ਕਿਹੜੇ ਸ਼ਹਿਰ ਚੋਂ ਵਹਿ ਰਹੇ ਜੇ